ਸਿੱਧੂ ਦਾ ਭਤੀਜਾ ਸਾਹਿਬ ਪ੍ਰਤਾਪ ਜੋ ਪਲ ਪਲ ਆਪਣੇ ਚਾਚੇ ਨੂੰ ਯਾਦ ਕਰਦਾ ਰਹਿੰਦਾ ਹੈ, ਆਏ ਦਿਨ ਅਸੀਂ ਦੇਖਦੇ ਹਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਹਿਬ ਪ੍ਰਤਾਪ ਵੱਲੋਂ ਆਪਣੇ ਚਾਚੇ ਸਿੱਧੂ ਮੂਸੇਵਾਲੇ ਦੇ ਲਈ ਕੁਛ ਨਾ ਕੁਛ ਪੋਸਟ ਕੀਤਾ ਜਾਂਦਾ। ਹਾਲ ਹੀ ਦੇ ਵਿੱਚ ਇੱਕ ਹੋਰ ਪੋਸਟ ਪਾਈ ਗਈ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਅਪਲੋਡ ਕੀਤੀ ਗਈ ਹੈ ਤੇ ਨਾਲ ਹੀ ਲਿਖਿਆ ਗਿਆ, ਤੂੰ ਸਭ ਨੂੰ ਹੌਸਲਾ ਦਿੱਤਾ, ਤੇਰੇ ਵਾਰੀ ਸਾਰੇ ਚੁੱਪੀ ਵੇਖਿਆ ਮੈਂ। ਸੋ ਇਹ ਪੋਸਟ ਸਾਹਿਬ ਪ੍ਰਤਾਪ ਸਿੱਧੂ ਵੱਲੋਂ ਪਾਈ ਗਈ ਹੈ ਆਪਣੇ ਚਾਚੇ ਸਿੱਧੂ ਮੂਸੇਵਾਲੇ ਦੇ ਵਾਸਤੇ, ਜਿਸ ਵਿੱਚ ਇਹ ਛੋਟਾ ਬੱਚਾ ਆਪਣੇ ਚਾਚੇ ਦੇ ਇਨਸਾਫ ਲਈ ਗੁਹਾਰ ਲਗਾਉਂਦਾ ਰਹਿੰਦਾ ਹੈ। ਹਰ ਵਾਰ ਲਿਖਿਆ ਹੁੰਦਾ ਜਸਟਿਸ ਫੋਰ ਸਿੱਧੂ ਮੂਸੇਵਾਲਾ, ਤੇ ਇਸ ਵਾਰ ਵੀ ਪੋਸਟ ਪਾਈ ਗਈ ਹੈ ਔਰ ਇਸ ਵਿੱਚ ਲਿਖਿਆ ਹੈ ਕਿ ਤੂੰ ਸਭ ਨੂੰ ਹੌਸਲਾ ਦਿੱਤਾ ਪਰ ਤੇਰੀ ਵਾਰੀ ਪਤਾ ਨਹੀਂ ਕਿਉਂ ਸਾਰੇ ਚੁੱਪ ਬੈਠੇ ਆ। ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆਏ ਹਾਂ ਸਿੱਧੂ ਅਤੇ ਸਾਹਿਬ ਦੀਆਂ ਜੋ ਇਕੱਠੇ ਬਣਾਈਆਂ ਗਈਆਂ ਸੀ। ਸਿੱਧੂ ਸਾਹਿਬ ਨੂੰ ਬਹੁਤ ਪਿਆਰ ਕਰਦਾ ਸੀ, ਬਹੁਤ ਸਾਰੀ ਫੋਟੋਜ਼ ਅਤੇ ਵੀਡੀਓਜ਼ ਸਿੱਧੂ ਦੀ ਹਵੇਲੀ ਦੀਆਂ ਨੇ ਜਿੱਥੇ ਦੋਵੇਂ ਇਕੱਠੇ ਮਜ਼ਾਕ ਮਸਤੀ ਕਰਦੇ ਨਜ਼ਰ ਆਉਂਦੇ ਸੀ। ਇੱਥੇ ਤੱਕ ਕਿ ਸਿੱਧੂ ਦਾ ਟਰੈਕਟਰ ਕਦੀ ਸਾਹਿਬ ਚਲਾ ਰਿਹਾ, ਕਦੀ ਉਹਦੇ 'ਤੇ ਬੈਠ ਕੇ ਫੋਟੋ ਸ਼ੂਟ ਕਰਾ ਰਿਹਾ, ਸੇਮ ਚਾਚੇ ਵਾਂਗ ਸਟਾਈਲ ਫੋਲੋ ਕਰਦਾ ਸੀ। ਪਰ ਹੁਣ ਇਹ ਜੋੜੀ ਟੁੱਟ ਚੁੱਕੀ ਹੈ ਅਤੇ ਪਲ ਪਲ ਇਹ ਭਤੀਜਾ ਆਪਣੇ ਚਾਚੇ ਨੂੰ ਯਾਦ ਕਰਦਾ ਰਹਿੰਦਾ ਹੈ ਅਤੇ ਉਸ 'ਤੇ ਇਨਸਾਫ ਦੀ ਮੰਗ ਕਰਦਾ ਹੈ।